ਗੱਲ ਬੱਚੇ ਦੱਸ ਹੁਣ ਇਹ ਕੋਈ ਰੁਸਣ ਦੀ ਗੱਲ ਹੈ ਤੇ ਵੱਲ ਕੀ ਸੀ ਗਿਆ ਪਾਪਾ ਇਹਨੂੰ ਆਖਰੀ ਤੱਕ ਉਸ ਤਾਂ ਇਹਦੇ ਰੁਸਣ ਵਾਲੀ ਕਈ ਗੱਲ ਹੈ। ਓਹੋ ਇਤਨਾ ਨਹੀਂ ਧਿਆਨ ਦਿੰਦੇ ਉਹਦੇ ਦਿਲ ਤੇ ਲੈਂਦੇ ਉਹਦੇ ਇੱਕ ਕੰਨ ਤੋਂ ਸੁਣੋ ਤੇ ਦੂਜੇ ਕੰਨ ਤੋਂ ਕੱਢ ਦੇਵੋ। ਉਮਰ ਵੀ ਤਾਂ ਥੀਂਦੀ ਪਈ ਗੱਲ ਗੱਲ ਤੇ ਗੁੱਸਾ ਆਉਂਦੇ ਬੁਢਾਪਾ ਚੜਦਾ ਪਈ ਹੁਣ ਉਹ ਤੇਰੀ ਚਿੰਤਾ ਕਰੇ ਦੇਣ ਹੁਣ ਅੱਗੋਂ ਕਹੀਂ ਪਈ ਆਪਣਾ ਕੰਮ ਤੋਂ ਕਰੇਂਦੇ ਹੀ ਵਧੇ ਉਹ ਸੋਚ ਸੋਚੇਂਦੇ ਕਿ ਤੂੰ ਕਿੱਥੇ ਵਿਗੜ ਨਾ ਬਣੇ ਕਈ ਗਲਤ ਆਦਤਾਂ 'ਚ ਨਾ ਪੈ ਬਣੇ ਤੂੰ ਸਟੈਂਡ ਥੀ ਬਣੇ ਤੂੰ ਸੈੱਟ ਥੀ ਬਣੇ ਵੀ ਅੱਗੇ ਚਾਹੀਦੇ ਤੇਰੇ ਪਾਪਾ ਕੋ ਢੇਰ ਚਿੰਤਾ ਨਾ ਲਾਇਆ ਕਰ ਉਹ ਹੈ ਨਾ ਤੇਰਾ ਦੋਸਤ ਉਹ ਹਾਂ ਨਿਤਿਨ ਹੁਣ ਹੁਣ ਦੇ ਪਾਪਾ ਕਹਿੰਦੇ ਉਹ ਪਹਿਲੇ ਕਿਤਨੀ ਐਸ਼ ਕਰੇਂ ਦਾ ਹੀ ਹੁਣ ਦੇਖ ਕਿਵੇਂ ਸਾਰਾ ਦਿਨ ਆਪਣੇ ਦਾਦੂ ਨਾਲ ਲੱਗਾ ਵਧਾਰਾਂ ਦੇ ਕੰਮ ਪਾਪਾ ਆਖਣ ਗੱਲ ਸਮਝ ਗਈ ਦਾ ਕਰ ਤੇਰੇ ਫਾਇਦੇ ਦੀ ਗੱਲ ਕਰੇਂ ਦੇ ਹਾਂ ਚੱਲ ਸਾਂਭ ਪੋ ਹੁਣ ਲਾਈਟ ਕੱਢੇ ਬਾਬਾ ਇਵੇਂ ਕਰੇਂ ਦੇ ਕਿਆ ਭਲਾ ਹੋਰ ਬਰਾਬਰ ਦਾ ਬਾਲ ਏ ਇਤਨਾ ਵੀ ਬੁਲੇ ਨੂੰ ਕੋਈ ਮਾੜਾ ਮੋਟਾ ਆਖ ਦਿੰਦੇ ਬੰਦਾ ਤੁਸੀਂ ਤਾਂ ਪੇਸ਼ ਹੀ ਪੈ ਗਏ ਵੇ ਹੁੰਦੇ 24 ਘੰਟੇ ਹੁੰਦੇ ਪੇਸ਼ ਪਏ ਰਹਿੰਦੇ ਵੇ 24 ਘੰਟੇ ਜੜਕਾ ਖਾਂਦਾ ਰਹਿੰਦੇ ਹੋ ਕਰਿੰਦਾ ਤਾਂ ਵਧੇ ਹੋ ਠੀਕ ਹੈ ਤੁਹਾਡੀ ਚਿੰਤਾ ਜਾਇਆ ਜਾਵੇ ਤਾਂ ਇਤਨਾ ਵੀ ਨਹੀਂ ਆਖੀਂਦਾ ਹੁੰਦਾ ਬਾਲ ਕੋ ਪੇਸ਼ ਹੀ ਪੈ ਬਣਾ ਹੁੰਦਾ ਉਹਨੇ ਸਾਰੀ ਜ਼ਿੰਦਗੀ ਇਹੋ ਕੰਮ ਹੀ ਕਰਨੇ ਵੱਧ ਥੋੜ੍ਹੇ ਥੇ ਹੁਕੂ ਵੇਲ ਮਿਲ ਸੀ ਫਿਰਨ ਦੀ ਕੋਈ ਐਸ਼ ਕਰਨ ਦੀ ਕੋਈ ਯਾਰਾ ਦੋਸਤਾਂ ਨਾਲ ਥੋੜ੍ਹੀ ਬਹੁਤ ਛੂਟ ਵੀ ਦਿੱਤਾ ਕਰੋ ਇਤਨਾ ਨਾ ਪੇਸ਼ ਪਿਆ ਕਰੋ ਬਾਲ ਦੇ ਹੋਰ ਬਰਾਬਰ ਦਾ ਬਾਲ ਹੈ ਅੱਜ ਕੱਲ੍ਹ ਬਾਲਾਂ ਕੋ ਆਖਣ ਦੀ ਵਾਹ ਹੈ ਆਪਣੇ ਬਾਲ ਤਾਂ ਵੱਲ ਵੀ ਬਹੁ ਸਹੀ ਹੈ ਤੁਸੀਂ ਕੁਛ ਆਦੇ ਵਿੱਚ ਚੁੱਪ ਕਰਕੇ ਸੁਣ ਗਿੰਦੇ ਅੱਜ ਕੱਲ੍ਹ ਦੂਜਿਆਂ ਦੇ ਬਾਲਾਂ ਕੋ ਵੰਡ ਦੇਖੋ ਕਿਵੇਂ ਮਾਂ ਪਿਓ ਨਾਲ ਬਰਾਬਰੀ ਕਰੇਂਦੇ ਨੇ ਡੇਰ ਨਾ ਬੋਲਾ ਕਰੋ ਬਾਲ ਕੋ।